ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਵੇਂ PSPCL ELM PSPCL ਅਪ੍ਰੈਂਟਿਸਸ਼ਿਪ ਪੀਐਸਪੀਸੀਐਲ ਗ੍ਰੇਡ 2 ਪੀਐਸਪੀਸੀਐਲ ਟੈਸਟ ਮਕੈਨਿਕ ਅਤੇ ਬਿਜਲੀ ਬੋਰਡ ਨਾਲ ਰਿਲੇਟਡ ਜੋ ਟੈਕਨੀਕਲ ਦੇ ਕੁਐਸਚਨ ਆਉਂਦੇ ਹਨ ਉਹਨਾਂ ਵਾਲੀ ਕਲਾਸ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜੇਕਰ ਤੁਸੀਂ ਸਾਡੀਆਂ ਇਹ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 96461 15144 ਇਸ ਨੰਬਰ ਤੇ ਸਾਨੂੰ ਤੁਸੀਂ ਓਨਲੀ 200 ਰੁਪਏ Google Pay ਜਾਂ PhonePe ਕਰਕੇ ਸਕਰੀਨਸ਼ਾਟ ਸਾਨੂੰ ਇਸ ਨੰਬਰ ਤੇ ਭੇਜ ਦੇਣਾ ਹੈ ਤੁਹਾਨੂੰ ਤੁਰੰਤ 1000 ਦੇ ਕਰੀਬ MCQ ਦੀਆਂ PDF ਟੌਪ ਦੇ PDF ਮਿਲ ਜਾਣਗੇ ਜੀ ਜਿਹੜੀ ਕਿ ਬਹੁਤ ਹੀ ਵਧੀਆ ਮਟੀਰੀਅਲ ਹੈ ਖੁਦ ਦੇ ਤਿਆਰ ਕੀਤੇ ਹੋਣ ਹਨ ਵਿਦ ਆਨਸਰ ਹਨ ਜੀ ਵਿਦ ਆਨਸਰ ਤੁਹਾਨੂੰ ਮਿਲਣਗੇ ਜੀ ਇੱਕ ਵਾਰ ਜ਼ਰੂਰ ਖਰੀਦੋ ਜੀ ਇੱਕ ਆਫਰ ਚੱਲ ਰਹੀ ਹੈ ਓਨਲੀ 200 ਰੁਪਏ ਦੇ ਵਿੱਚ ਇਸ ਤੋਂ ਬਾਅਦ ਹੋ ਸਕਦਾ ਰੇਟ ਇਸ ਦਾ ਹੋਰ ਜ਼ਿਆਦਾ ਹੋ ਜਾਏ ਸੋ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਪਹਿਲਾਂ ਹੀ ਜਿਨ੍ਹਾਂ ਨੇ ਖਰੀਦ ਕੇ ਲੈਣੀਆਂ ਹਨ ਖਰੀਦ ਸਕਦੇ ਹੋ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਤੁਹਾਡੇ ਸਾਹਮਣੇ ਹੈ ਜੀ ਕਹਿ ਰਿਹਾ ਇੱਕ ਹਾਊਸ ਇੱਕ ਹਾਰਸ ਪਾਵਰ ਵਿੱਚ ਕਿੰਨੇ ਵਾਟ ਵਾਟ ਕਿੰਨੇ ਹੁੰਦੇ ਹਨ ਜੀ ਹਾਂਜੀ ਇੱਕ ਹਾਊਸ ਪਾਵਰ ਵਿੱਚ ਆਪਸ਼ਨਸ ਪਹਿਲੀ ਆ 1000 ਦੂਸਰੀ ਆ 750 ਤੀਸਰੀ ਆ 746 ਚੌਥੀ ਆ 648 ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ 746 746 ਐਚਪੀ ਹਾਊਸ ਹਾਊਸ ਪਾਵਰ ਠੀਕ ਹੈ ਦੋਸਤੋ चलिए जी नेक्स्ट क्वेश्चन थे जी क्वेश्चन नंबर है कह रहा मैगर दी रीडिंग इकाई दी, की है इकाई यानी के यूनिट मैगर द अपने कोई पहली है मैगावाट दूसरी है मेगावोल्ट तीसरी है मेगा ओम ਚੌਥੀ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਮੇਰੇ ਪਿਆਰੇ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਆਪਸ਼ਨ ਈ ਡੀ ਮੈਗਾ ਓਮ ਇਹ ਹੈ ਜੀ ਮੈਗਾ ਓਮ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕਵਸਮਰ ਹੈ 3 ਕਿਰ ਅਰਥ ਦੀ ਰਜਿਸਟੈਂਸ ਨੂੰ ਕਿਸ ਯੰਤਰ ਨਾਲ ਮਾਪਿਆ ਜਾਂਦਾ ਹੈ ਅਰਥ ਦੀ ਰਜਿਸਟੈਂਸ ਨੂੰ ਕਿਸ ਯੰਤਰ ਦੇ ਨਾਲ ਮਾਪਿਆ ਜਾਂਦਾ ਹੈ অপਸ਼ਨਾਂ ਆਪਨੇ ਸਾਹਮਣੇ ਦਿੱਤੀਆਂ ਹੋਈਆਂ ਹਨ ਫਸਟ ਹੈ ਇਨਸੂਲੇਸ਼ਨ ਟੈਸਟ ਦੂਸਰੀ ਹੈ ਮੈਗਰ ਤੀਸਰੀ ਹੈ ਵਾਟਮੀਟਰ ਚੌਥੀ ਹੈ ਅਰਥ ਟੈਸਟਰ हाँ जी दोस्तों सो so, इसका जो राइट आंसर है वो है जी अर्थ टेस्टर ऑप्शन सस् अर्थ टेस्टर ठीक है जी चलिए जी नेक्स्ट क्वेश्चन पर चलो जी क्वेश्चन नंबर है चार फ्यूज सर्किट ਦਾ ਸਭ ਤੋਂ ਡੈਸ਼ ਸਥਾਨ ਹੈ ਕਿਹੜਾ ਸਥਾਨ ਹੈ ਆਪਣਾ ਪਹਿਲੀ ਹੈ ਮਜ਼ਬੂਤ ਦੂਸਰਾ ਹੈ ਕਮਜ਼ੋਰ ਤੀਸਰਾ ਉਪਰੋਕਤ ਦੋਨੋਂ ਚੌਥਾ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਫਿਊਜ਼ ਸਰਕਟ ਦਾ ਸਭ ਤੋਂ ਕਮਜ਼ੋਰ ਸਥਾਨ ਹੈ ਜਦੋਂ ਕੋਈ ਵੀ ਸ਼ਾਰਟ ਸਰਕਟ ਹੁੰਦਾ ਹੈ ਤਾਂ ਫਿਊਜ਼ ਉੱਡਣ ਦੇ ਚਾਂਸ 99% ਹੋ ਜਾਂਦੇ ਹਨ ਤਾਂ ਇਸ ਲਈ ਇਸ ਦਾ ਰਾਈਟ ਆਨਸਰ ਹੈ ਕਮਜ਼ੋਰ ਠੀਕ ਹੈ ਜੀ ਸੋ ਚਲਿਏ ਜੀ ਨੈਕਸਟ ਕੁਐਸਚਨ ਤੇ ਜੀ ਕੁਐਸਚਨ ਨੰਬਰ ਹੈ 5 ਕਹਿ ਰਿਹਾ ਕਾਟੇਜ ਫਿਊਜ਼ किस टाइप का बनिया होंगे है किस टाइप का फ्यूज है कार्टेज ओपन है क्लोज्ड है सेमी ओपन है तो सेमी क्लोज्ड है सो so, इसका जो राइट आंसर जो है जी वो है क्लोज्ड ऑप्शन एडा इसका राइट आंसर है क्लोज्ड ਚਲੋ ਜੀ ਨੈਕਸਟ ਕੁਸਚਨ ਤੇ ਚਲੋ ਜੀ ਕੁਸਚਨ ਨੰਬਰ ਹੈ 6 ਹੇਠ ਦਿੱਤੀਆਂ ਵਿੱਚੋਂ ਕਿਹੜੀ ਤਾਤ ਫਿਊਜ਼ ਵਾਇਰ ਲਈ ਨਹੀਂ ਵਰਤੀ ਜਾਂਦੀ ਕਿਹੜੀ ਤਾਤ ਫਿਊਜ਼ ਵਾਇਰ ਲਈ ਨਹੀਂ ਵਰਤੀ ਜਾਂਦੀ ਕਾਪਰ ਲੈਡ ਐਲੂਮੀਨੀਅਮ ਜਾਂ ਸਟੀਲ ਹਾਂ ਜੀ ਦੋਸਤੋ ਕਦੀ ਇਹ ਸੋਚਾਂ ਮੀ ਸਟੀਲ ਦਾ ਇਸ਼ੂਜ਼ ਲਾਇਆ ਹੋਵੇਗਾ ਜੱਕ ਦੇ ਦੇਖਿਆ ਹੋਵੇ ਜਾਂ ਕਿਸੇ ਕੋਲ ਸੁਣਿਆ ਹੋਵੇ ਜੀ ਨਹੀਂ ਨਾ ਤਾਂ ਫਿਰ ਇਸ ਦਾ ਰਾਈਟ ਆਨਸਰ ਆ ਜਾਏਗਾ ਸਟੀਲ ਸਟੀਲ ਚਲੋ ਜੀ ਨੈਕਸਟ ਕੁਸਚਨ ਤੇ ਸੋ ਦੋਸਤੋ ਇਹ ਵੀਡੀਓ ਤੁਹਾਨੂੰ ਕੇਸ ਕਰਨ ਲਈ ਅਗਰੀਏ ਕਿਰਪਾ ਕਰਕੇ ਕਮੈਂਟ ਵਿੱਚ ਇੱਕ ਵਾਰ ਜਰੂਰ ਸਾਨੂੰ ਦੱਸ ਦੇਣਾ ਇਸ ਦੇ ਲਈ ਸਾਨੂੰ ਵੀ ਪਤਾ ਲੱਗਦਾ ਕਿ ਸਾਨੂੰ ਕਿੰਨੇ ਕੁ ਬੱਚੇ ਪਿਆਰ ਕਰਦੇ ਹਾਂ ਜੀ ਸੋ ਜੇਕਰ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ 96461 15144 ਓਨਲੀ 200 ਰੁਪਏ ਦੇ ਕਰੀਬ ਸਾਨੂੰ ਤੁਸੀਂ ਫੋਨਪੇ ਜਾਂ ਗੂਗਲ ਪੇ ਕਰ ਸਕਦੇ ਹੋ ਹਜ਼ਾਰ ਦੇ ਕਰੀਬ ਤੁਹਾਨੂੰ ਟਾਪ ਦੇ ਐਮਸੀਕਿਊ ਮਿਲ ਜਾਣਗੇ ਜੀ ਪੀਡੀਐਫ ਵਿਦ ਆਨਸਰ ਹੋਣਗੇ ਜੀ ਠੀਕ ਹੈ ਜੀ ਓਵਰ ਚੱਲ ਰਿਹਾ 200 ਰੁਪਏ ਦਾ ਜੀ ਇਸ ਤੋਂ ਬਾਅਦ ਰੇਟ ਹੋ ਸਕਦਾ ਵਧ ਜਾਏ ਪਰ ਹਾਲੇ ਤੱਕ 200 ਰੁਪਏ ਹੀ ਫੀਸ ਰੱਖੀ ਹੋਈ ਹੈ ਜੀ ਚਲੋ ਜੀ ਨੈਕਸਟ ਕੁਸਚਨ ਤੇ ਜੀ ਫਿਊਜ਼ ਬਿਜਲੀ ਦੇ ਕਿਸ ਪ੍ਰਭਾਵ ਤੇ ਕੰਮ ਕਰਦਾ ਹੈ ਰਸਾਇਣਿਕ ਪ੍ਰਭਾਵ ਤੇ ਚੁੰਬਕੀ ਪ੍ਰਭਾਵ ਤੇ ਉਸ਼ਮਾ ਦਾ ਪ੍ਰਭਾਵ ਤੇ ਜਾਂ ਉਪਰੋਕਤ ਕੋਈ ਨਹੀਂ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਉਸ਼ਮਾ ਦੇ ਪ੍ਰਭਾਵ ਤੇ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ ਕਰੇਲੂ ਵਾਇਰਿੰਗ ਦੇ ਕਨੈਕਸ਼ਨ ਕਿਵੇਂ ਜੋੜੇ ਹੁੰਦੇ ਹਨ ਆਪਣੇ ਘਰ ਦੇ ਕਨੈਕਸ਼ਨ ਕਿਵੇਂ ਜੋੜੇ ਹੁੰਦੇ ਹਨ ਸੀਰੀਜ਼ ਵਿੱਚ ਪੈਰਲਲ ਵਿੱਚ ਸੀਰੀਜ਼ ਹੀ ਪੈਰਲਲ ਵਿੱਚ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਹੁਣ ਘਰ ਦੇ ਕਨੈਕਸ਼ਨ ਤਾਂ ਕਿਸੇ ਨਾ ਕਿਸੇ ਜੋੜੇ ਹੋਣਗੇ ਸੀਰੀਜ਼ ਵਿੱਚ ਵੀ ਨਹੀਂ ਜੋੜ ਸਕਦੇ ਜੀ ਲੋਕਤ ਕੋਈ ਨਹੀਂ ਇਹਨਾਂ ਦੋਨਾਂ ਦੇ ਵਿੱਚੋਂ ਇਹ ਆਨਸਰ ਬਿਲਕੁਲ ਸਹੀ ਹੈ ਜੀ ਪੈਰਲਲ ਵਿੱਚ ਪੈਰਲਰ ਵਿੱਚ ਆਪਣੀ ਕਾਰ ਦੇ ਜੋ ਕਨੈਕਸ਼ਨ ਹੁੰਦੇ ਹਨ ਆਪਣੀ ਕਾਰ ਦੇ ਜੋ ਵਾਇਰਿੰਗ ਕੀਤੀ ਹੁੰਦੀ ਹੈ ਉਹ ਕੀ ਪੈਰਲਲ ਦੇ ਵਿੱਚ ਕੀਤੀ ਹੁੰਦੀ ਹੈ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਦੇ ਜੀ 9 ਨੰਬਰ ਕੁਸਚਨ ਹੈ ਆਈਈ ਦੇ ਨਿਯਮਾਂ ਅਨੁਸਾਰ ਲੀਕੇਜ ਕਰੰਟ ਕਿੰਨਾ ਹੋਣਾ ਚਾਹੀਦਾ ਹੈ ਇੰਡੀਅਨ ਇੰਡੀਆ ਇਲੈਕਟ੍ਰਿਸਿਟੀ ਰੂਲ ਇਲੈਕਟ੍ਰਿਸਿਟੀ ਰੂਲ IE ਦੀ ਫੁੱਲ ਫਾਰਮ ਹੈ કુલ ਕਰੰਟ ਦਾ 2/1000ਵਾਂ ਹਿੱਸਾ ਜਾਂ ਆਪਸ਼ਨ 2 ਜਾਂ E ਜਾਂ એનર્ਜੀ ਕੋਈ ਨਹੀਂ ਹਾਂਜੀ ਦੋਸਤੋ ਇਹਦਾ ਰਾਈਟ ਆਨਸਰ ਹੈ ਉਹ ਹੈ ਜੀ ਕੋਲ ਕਰੰਟ ਦਾ 50000ਵਾਂ ਇਸ ਆਪਸ਼ਨ ਏ ਡੀ ਦਾ ਬਿਲਕੁਲ ਰਾਈਟ ਆਨਸਰ ਹੈ ਜੀ ਨੋਟ ਕਰ ਲਓ ਜੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਸਚਨ ਜੀ ਕੁਸਚਨ ਨੰਬਰ ਹੈ 10 ਓਪਨ ਸਰਕਟ ਦਾ ਕੀ ਕਾਰਨ ਹੈ ਓਪਨ ਸਰਕਟ ਦੀ ਗੱਲ ਕੀਤੀ ਹੈ ਜੀ ਫਿਊਜ਼ ਦਾ ਉੜਨਾ ਬਲਬ ਦਾ ਫਿਊਜ਼ ਹੋਣਾ ਤਾਰ ਦਾ ਟੁੱਟਣਾ ਜਾਂ ਸਾਰੇ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਏ ਸਾਰੇ ਫਿਊਜ਼ ਵੀ ਉੜਦਾ ਬਲਬ ਦਾ ਫਿਊਜ਼ ਹੋਣਾ ਇਹ ਸਹੀ ਹੈ ਤਾਰ ਢੁੱਟਣਾ ਇਹ ਵੀ ਸਹੀ ਹੈ ਠੀਕ ਹੈ ਜੀ ਸੋ ਦੋਸਤੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਵਿੱਚ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰ ਦੇਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤਾਂ ਜੋ ਆਪਣੀਆਂ ਪੀਡੀਐਫ ਦਾ ਰੇਟ 200 ਰੁਪਏ ਹੀ ਰਵੇ ਪੀਡੀਐਫ 1000 ਦੇ ਕਰੀਬ ਹੋਣਗੇ ਜੀ ਟਾਪ ਦੇ ਐਮਸੀਕਿਊ ਹੋਣਗੇ ਜੀ 1000 1000 ਤੋਂ ਵੱਧ ਹੀ ਹੋਣਗੇ ਜੀ ਵਿਦ ਆਨਸਰ ਹੋਣਗੇ ਜੀ ਟਾਪ ਦੇ ਕੁਐਸਚਨ ਹੋਣਗੇ ਜੀ ਠੀਕ ਹੈ ਦੋਸਤੋ ਸੋ ਖੁਦ ਤਿਆਰ ਕੀਤੇ ਹੋਏ ਹਾਂ ਜੀ ਸੋ ਇੱਕ ਵਾਰ ਜ਼ਰੂਰ ਲੈ ਕੇ ਦੇਖੋ ਜੀ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਸੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੇਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ